ਲੁਧਿਆਣੇ ਵਿੱਚ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਵਿਮਾਨ ਹੇਠ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬੀਜੇਪੀ ਸੈਕਟਰੀ ਸੁਭਾਸ਼ ਵਰਮਾ ਜੀ ਨੇ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਤਹਿਤ ਚਾਈਨਾ ਦੇ ਸਮਾਨ ਦੀ ਵਰਤੋਂ ਨਾ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹਦੇ 'ਚ ਹੀ ਅਸੀਂ ਅੱਜ ਕਾਰਜਕ੍ਰਮ ਦੇ ਮਾਧਿਅਮ ਨਾਲ ਸੰਦੇਸ਼ ਦੇ ਰਹੇ ਹਾਂ ਲੁਧਿਆਣਾ ਨੂੰ ਕਿ ਚੀਨ ਇੱਕ ਬਹੁਤ ਵੱਡਾ ਖਤਰਾ ਬਣ ਕੇ ਦੇਸ਼ ਲਈ ਉੱਭਰ ਰਿਹਾ ਹੈ। ਨਾ ਸਿਰਫ ਦੇਸ਼ ਦੀਆਂ ਸੀਮਾਵਾਂ ਲਈ ਖਤਰਾ ਹੈ, ਬਲਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਵੀ ਬਹੁਤ ਵੱਡਾ ਖਤਰਾ ਹੈ। ਔਰ ਇਸ ਦੇ ਨਾਲ ਨਾਲ ਉਹਦੇ ਸਸਤੇ ਮਾਲ ਦੇ ਕਰਕੇ ਹਿੰਦੁਸਤਾਨ ਦੇ ਜਿਹੜੇ ਉਦਯੋਗ ਧੰਦੇ ਬੰਦ ਹੋ ਰਹੇ ਨੇ, ਵੱਡੇ ਪੱਧਰ 'ਤੇ ਬੇਰੁਜ਼ਗਾਰੀ ਸ਼ਾਮਿਲ ਵੱਧ ਰਹੀ ਹੈ, ਅਤੇ ਉਸ ਲਈ ਦੇਸ਼ ਦੀ ਜਨਤਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਚੀਨੀ ਮਾਲ ਦਾ ਬਾਈਕਾਟ ਕਰਨ, ਤਾਂ ਕਿ ਆਪਣੇ ਉਦਯੋਗ ਧੰਦੇ ਵੀ ਵੱਧ ਸਕਣ, ਆਪਣੇ ਰੁਜ਼ਗਾਰ ਵੀ ਵੱਧ ਸਕਣ, ਔਰ ਚੀਨ ਨੂੰ ਇੱਕ ਕਰਾਰਾ ਜਵਾਬ ਵੀ ਦਿੱਤਾ ਜਾ ਸਕੇ, ਔਰ ਚੀਨ ਨੂੰ ਜਾਣ ਵਾਲਾ ਮੁਨਾਫਾ ਜਿਹੜਾ ਉਹ ਬੰਦ ਕੀਤਾ ਜਾ ਸਕੇ। ਇਸੇ ਲਈ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ। ਚਾਈਨਾ ਜੋ ਬਾਰਡਰ 'ਤੇ ਵੀ ਔਰ ਇਕਨੋਮਿਕ ਤੌਰ 'ਤੇ ਵੀ ਭਾਰਤ ਕੋ ਹਰ ਤਰਫ ਸੇ ਘੇਰਨੇ ਕੀ ਕੋਸ਼ਿਸ਼ ਕਰ ਰਿਹਾ ਹੈ, ਖਾਸ ਕਰਕੇ ਹਿੰਦੁਸਤਾਨ ਕੇ ਅੰਦਰ, ਚਾਹੇ ਪਾਕਿਸਤਾਨ ਕੀ ਤਰਫ ਸੇ ਆਤੰਕਵਾਦ ਹੋ, ਚਾਹੇ ਨੈਕਸਟ ਲਾਈਟ ਹੋ, ਜਾਂ ਸਾਊਥ ਯੇ ਨੌਰਥ ਈਸਟ ਮੇਂ ਜੈਸੇ ਵੀ ਯੇ ਉਗਰਵਾਦ ਹੈ, ਤੋ ਸਭ ਲੋਕੋ ਕੇ ਜਬ ਵੀ ਹਥਿਆਰ ਪਕੜੇ ਜਾਤੇ ਹੈ ਤੋ ਉਸਕੋ ਮੇਡ ਇਨ ਚਾਈਨਾ, ਤੋ ਚਾਈਨਾ ਹਰ ਤਰਫ ਸੇ ਭਾਰਤ ਕੋ ਘੇਰਨੇ ਕੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਹਮੇ ਜਾਗਰੂਕ ਹੋਣਾ ਪੜੇਗਾ। ਹਮਨੇ ਲੁਧਿਆਣਾ ਮੇਂ ਪ੍ਰਯਾਸ ਕੀਆ ਹੈ ਕਿ 75 ਵਾਰਡ ਹੈ, 75 ਵਾਰਡੋ ਸੇ ਅਲੱਗ ਅਲੱਗ ਵਾਰਡੋ ਸੇ ਰਿਪ੍ਰਜੈਂਟੇਟਿਵ ਆਏ ਔਰ ਉਨਕੋ ਚਾਈਨਾ ਕੇ ਵਿਸ਼ੇ ਮੇਂ ਸਾਰਾ ਡਿਟੇਲ ਮੇਂ ਜੋ ਹਮ ਆਜ ਯਹਾਂ ਚਰਚਾ ਕਰਾਂਗੇ, ਉਹ ਯੇ ਅਲੱਗ ਘਰ ਘਰ ਜਗਾਏ ਔਰ ਚਾਈਨਾ ਕੇ ਮਾਲ ਕਾ ਬਹਿਸ਼ਕਾਰ ਕਰੇ, ਕੰਡ ਰੋਕ ਸਕੇ, ਲੋਕੋ ਕੋ ਜਾਗਰੂਕ ਕਰੇ ਕਿ ਉਹ ਚਾਈਨਾ ਕਾ ਸਮਾਨ ਬੰਦ ਕਰੇ। ਹਮਾਰੀ ਆਜ ਕੀ ਜੋ ਬੈਠਕ ਹੈ, ਇਸਕਾ ਪਰਪਜ ਯਹੀ ਹੈ। ਲੇਟੈਸਟ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਪੰਜਾਬ ਟੈਕ ਚੈਨਲ।